ਸਤਿ ਸ਼੍ਰੀ ਅਕਾਲ ਜੀ ਸਾਂਝ ਸਿੱਤੀ ਕੇ YouTube ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਨੌਵੀਂ ਜਮਾਤ ਦੇ ਪੰਜਾਬੀ ਬੀ ਪੇਪਰ ਦਾ ਹੱਲ ਜਿਹੜਾ 15 ਜੁਲਾਈ 2021 ਨੂੰ ਹੋਇਆ ਹੈ ਇਸ ਤੋਂ ਪਹਿਲਾਂ ਕਿ ਆਪਾਂ ਪੇਪਰ ਦਾ ਹੱਲ ਸ਼ੁਰੂ ਕਰੀਏ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਅਪਡੇਟ ਤੁਹਾਨੂੰ ਆਪਣੇ ਆਪ ਮਿਲਦੇ ਰਹਿਣ ਤੇ ਵੀਡੀਓ ਨੂੰ ਆਪਣੇ ਬਾਕੀ ਸਾਥੀਆਂ ਤੱਕ ਵੀ ਸ਼ੇਅਰ ਕਰ ਦੇਣਾ ਤਾਂ ਕਿ ਉਹ ਵੀ ਇਸ ਤੋਂ ਫਾਇਦਾ ਉਠਾ ਸਕਣ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਪੇਪਰ ਦੇ ਵਿੱਚੋਂ ਆਉਣ ਵਾਲੇ ਅੰਕਾਂ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਸਕਦੇ ਹੋ ਬਾਕੀ ਸਹੀ ਜਿਹੜਾ ਤੁਹਾਡਾ ਰਿਜ਼ਲਟ ਹੈ ਉਹ ਤੁਹਾਡੇ ਅਧਿਆਪਕ ਤੁਹਾਨੂੰ ਦੱਸਣਗੇ ਤਾਂ ਉਹ ਸ਼ੁਰੂ ਕਰਦੇ ਹਾਂ ਪਹਿਲਾਂ Google Form ਦਾ ਪੇਪਰ ਦਾ ਜਿਹੜਾ ਲਿੰਕ ਹੈ ਉਹ ਖੋਲਣ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਤੁਸੀਂ ਆਪਣਾ ਜ਼ਿਲ੍ਹਾ ਤੇ ਵਿਦਿਆਰਥੀ ਦੀ ਆਈਡੀ ਭਰ ਕੇ ਪੇਪਰ ਸ਼ੁਰੂ ਕਰਨਾ ਹੈ ਤਾਂ ਪਹਿਲਾ ਪ੍ਰਸ਼ਨ ਬਹੁਤ ਚੋਣਵੇਂ ਪ੍ਰਸ਼ਨਾਂ ਦੇ ਵਿੱਚੋਂ 19-21 ਦਾ ਫਰਕ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਹਾਂਜੀ অপਸ਼ਨਾਂ ਦਿੱਤੀਆਂ ਗਈਆਂ ਨੇ ਬਹੁਤ ਜ਼ਿਆਦਾ ਫਰਕ ਹੋਣਾ ਬਹੁਤ ਥੋੜਾ ਫਰਕ ਹੋਣਾ ਦੋ ਅੰਕਾਂ ਦਾ ਫਰਕ ਹੋਣਾ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤਾ ਇਸ ਦਾ ਦੂਸਰਾ ਆਪਸ਼ਨ ਹੈ ਜਿਹੜਾ ਬਹੁਤ ਥੋੜਾ ਫਰਕ ਹੋਣਾ ਇਹ ਸਹੀ ਹੈ। ਪ੍ਰਸ਼ਨ ਦੂਜਾ ਵਿਆਕਰਨ ਦੇ ਮੁੱਖ ਕਿੰਨੇ ਅੰਗ ਹਨ 2 5 4 6 ਤਾਂ ਤੀਸਰੀ ਆਪਸ਼ਨ ਚਾਰ ਅੰਗ ਹੁੰਦੇ ਹਨ ਜੀ। ਤੀਸਰਾ ਸਵਾਲ ਵਿਆਕਰਨ ਦੇ ਕਿਸ ਭਾਗ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ? ਸ਼ਬਦ ਬੋਧ ਧੁਨੀ ਬੋਧ ਬਾਕ ਬੋਧ ਅਰਥ ਬੋਧ ਦੂਸਰੀ ਆਪਸ਼ਨ ਧੁਨੀ ਬੋਧ ਚੌਥਾ ਪ੍ਰਸ਼ਨ ਪੰਜਾਬੀ ਭਾਸ਼ਾ ਦੇ ਸ਼ੁੱਧ ਤੇ ਮਿਆਰੀ ਰੂਪ ਨੂੰ ਸਮਝਣ ਲਈ ਕਿਸ ਦਾ ਗਿਆਨ ਹੋਣਾ ਚਾਹੀਦਾ ਹੈ ਵਿਆਕਰਨ ਕਵਤਾ ਲੇਖ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਪਹਿਲੀ ਆਪਸ਼ਨ ਸਹੀ ਹੈ ਜੀ ਵਿਆਕਰਨ ਪੰਜਵਾਂ ਸਵਾਲ ਵਿਸਾਖੀ ਦਾ ਮੇਲਾ ਕਦੋਂ ਮਨਾਇਆ ਜਾਂਦਾ ਹੈ ਹਾਂਜੀ 15 April 13 April 13 February 13 January ਤਾਂ 13 April ਦੂਸਰਾ ਆਪਸ਼ਨ ਸਹੀ ਹੈ ਜੀ ਅੱਗੇ ਹੈ ਖਾਲੀ ਥਾਵਾਂ ਭਰੋ ਸ਼ੇਮਾ ਪ੍ਰਸ਼ਨ ਸਾਨੂੰ ਸਭ ਨੂੰ ਡੈਸ਼ ਅੱਖ ਨਾਲ ਦੇਖਣਾ ਚਾਹੀਦਾ ਹੈ 1 2 ਬੰਦ ਉਪਰੋਕਤ ਵਿੱਚੋਂ ਕੋਈ ਨਹੀਂ ਪਹਿਲੀ ਆਪਸ਼ਨ ਸਹੀ ਹੈ ਜੀ ਇੱਕ ਅੱਖ ਨਾਲ ਦੇਖਣਾ ਚਾਹੀਦਾ ਹੈ ਸੱਤਵਾਂ ਪ੍ਰਸ਼ਨ 우ਸਤਾਦੀ ਕਰਨੀ 우ਸਤਾਦੀ ਕਰਨਾ ਮੁਹਾਵਰੇ ਤੋਂ ਕੀ ਭਾਵ ਹੈ ਬਰਾਬਰੀ ਕਰਨੀ ਚਲਾਕੀ ਕਰਨੀ ਪੜ੍ਹਾਈ ਕਰਨੀ ਸਿੱਖਿਆ ਦੇਣਾ 우ਸਤਾਦੀ ਕਰਨਾ ਭਾਵ ਚਲਾਕੀ ਕਰਨਾ ਦੂਸਰੀ ਆਪਸ਼ਨ ਸਹੀ ਹੈ ਜੀ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਡੈਸ਼ ਲਿਖਦੇ ਹਾਂ ਬਿਨੈ ਪੱਤਰ ਚਿੱਠੀ ਪੱਤਰ ਇਸ਼ਤਿਹਾਰ ਉਪਰੋਕਤ ਵਿੱਚੋਂ ਕੋਈ ਨਹੀਂ ਦੂਸਰੀ ਆਪਸ਼ਨ ਸਹੀ ਹੈ ਜੀ ਚਿੱਠੀ ਪੱਤਰ ਨੌਵਾਂ ਪ੍ਰਸ਼ਨ ਆਪਣੀ ਪੀੜ੍ਹੀ ਹੇਠ ਡੈਸ਼ ਫੇਰਨਾ ਸੋਟਾ ਬੋਕਰ ਝਾੜੋ ਉਪਰੋਕਤ ਵਿੱਚੋਂ ਕੋਈ ਨਹੀਂ ਪਹਿਲੀ ਆਪਸ਼ਨ ਸਹੀ ਹੈ ਸੋਟਾ ਫੇਰਨਾ ਦਸਵਾਂ ਪ੍ਰਸ਼ਨ ਛੁੱਟੀ ਤੋਂ ਬਾਅਦ ਸਕੂਲ ਵਿੱਚ ਡੈਸ਼ ਬੋਲਦੇ ਹਨ ਉੱਲੂ ਕਾਂ ਕਬੂਤਰ ਮੋਰ ਪਹਿਲੇ ਆਪਸ਼ਨ ਸਹੀ ਹੈ ਜੀ ਉੱਲੂ ਬੋਲਦੇ ਹਨ ਸਹੀ ਮਿਲਾਨ ਕਰੋ 11 ਤੋਂ 15 ਤੱਕ ਸਵਾਲ ਨੇ ਜਿਹੜੇ ਖੱਬੇ ਹੱਥ ਤੁਹਾਨੂੰ ਪ੍ਰਸ਼ਨ ਦਿੱਤੇ ਗਏ ਨੇ ਜਿਨ੍ਹਾਂ ਨੂੰ ਉੱਪਰ ਦਿੱਤੇ ਸ਼ਬਦਾਂ ਦੇ ਨਾਲ ਮਿਲਾਉਣਾ ਹੈ ਧੁਨੀਆਂ ਦਾ ਅਧਿਐਨ ਧੁਨੀ ਬੋਧ ਤੀਸਰੀ ਆਪਸ਼ਨ ਸਹੀ ਹੈ ਸ਼ਬਦਾਂ ਦਾ ਅਧਿਐਨ ਸ਼ਬਦ ਬੋਧ ਲਾਸਟ ਆਪਸ਼ਨ ਵਾਕਾਂ ਦਾ ਅਧਿਐਨ ਵਾਕਬੋਧ ਚੌਥੀ ਆਪਸ਼ਨ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਦੂਸਰੀ ਆਪਸ਼ਨ ਅਰਥਬੋਧ ਇੱਕ ਅੱਖ ਨਾਲ ਵੇਖਣਾ ਸਭ ਨੂੰ ਬਰਾਬਰ ਸਮਝਣਾ ਇਹ ਪਹਿਲਾਂ ਵੀ ਆਪਾਂ ਮੁਹਾਵਰਾ ਕਰ ਚੁੱਕੇ ਸਾਨੂੰ ਸਭ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ ਹੈ ਸਹੀ ਗਲਤ 16 ਤੋਂ 20 ਤੱਕ ਦੇ ਜਿਹੜੇ ਸਵਾਲ ਨੇ ਪਹਿਲਾ ਪ੍ਰਸ਼ਨ ਪਰ ਦੂਸ਼ਣ ਦੀ ਸਮੱਸਿਆ ਦਾ ਮਨੁੱਖੀ ਸਿਹਤ ਉੱਪਰ ਕੋਈ ਅਸਰ ਨਹੀਂ ਪੈਂਦਾ ਇਹ ਗਲਤ ਹੈ ਜੀ ਬੜਾ ਅਸਰ ਪੈਂਦਾ ਹੈ ਦੂਸਰਾ ਪ੍ਰਸ਼ਨ ਅੱਜ ਦਾ ਯੁੱਗ ਵਿਗਿਆਨਕ ਯੁੱਗ ਹੈ ਬਿਲਕੁਲ ਸਹੀ ਲੋਕ ਭਾਵੇਂ ਅੱਜ ਵੀ ਅੰਧਵਿਸ਼ਵਾਸੀ ਨੇ ਪਰ ਜੋਗ ਵਿਗਿਆਨਕ ਹੈ ਤੀਸਰਾ ਪ੍ਰਸ਼ਨ ਸਾਨੂੰ ਸਮਾਜ ਵਿੱਚ ਮਿਲਵਰਤਨ ਨਾਲ ਰਹਿਣਾ ਚਾਹੀਦਾ ਹੈ ਬਿਲਕੁਲ ਸਹੀ ਹੈ ਜੀ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਨਹੀਂ ਲੈਣੀ ਚਾਹੀਦੀ ਇਹ ਗਲਤ ਹੈ ਜੀ ਬਰਾਬਰ ਦਿਲਚਸਪੀ ਲੈਣੀ ਚਾਹੀਦੀ ਹੈ ਵਿਆਕਰਨ ਦੇ ਦੋ ਅੰਗ ਹਨ ਇਹ ਵੀ ਗਲਤ ਹੈ ਜੀ ਅਸੀਂ ਪਹਿਲਾਂ ਹੀ ਕਰ ਚੁੱਕੇ ਆਂ ਇਹ ਪ੍ਰਸ਼ਨ ਵੀ ਵਿਆਕਰਨ ਦੇ ਚਾਰ ਅੰਗ ਨੇ ਅੱਗੇ ਹੈ ਜੀ ਹੇਠਾਂ ਲਿਖਿਆਂ ਵਿੱਚੋਂ ਸ਼ੁੱਧ ਤੇ ਅਸ਼ੁੱਧ ਸ਼ਬਦ ਦੀ ਚੋਣ ਕਰੋ ਸਹੀ ਜਾਂ ਗਲਤ ਦੱਸਣੇ ਨੇ ਜਿਹੜੇ ਸ਼ੁੱਧ ਨੇ ਸਹੀ ਨੇ ਗਲਤ ਨੇ ਉਹ ਅਸ਼ੁੱਧ ਨੇ ਮਿਹਨਤ ਇਹ ਇਸ ਤਰ੍ਹਾਂ ਨਹੀਂ ਲਿਖਿਆ ਜਾਂਦਾ ਜੀ ਇਹ ਗਲਤ ਹੈ ਦੁਪਹਿਰ ਇਹ ਸਹੀ ਲਿਖਿਆ ਗਿਆ ਹੈ ਪੜਨਾ ਇਹ ਵੀ ਸਹੀ ਲਿਖਿਆ ਗਿਆ ਹੈ ਪਿਆਰਾ ਇਹ ਗਲਤ ਲਿਖਿਆ ਗਿਆ ਹੈ ਬਹੁਤਾ ਇਹ ਵੀ ਗਲਤ ਲਿਖਿਆ ਗਿਆ ਹੈ ਮਿਹਨਤ ਦੇ ਵਿੱਚ ਮੰਮੇ ਨੂੰ ਸਿਹਾਰੀ ਹਾ ਹਾ ਨੰਨਾ ਤੱਤਾ ਦੁਪਹਿਰ ਤੇ ਪੜਨਾ ਠੀਕ ਹੈ ਪਪੇ ਸਿਹਾਰੀ ਆੜੇ ਕੰਨਾ ਰਾਰੇ ਕੰਨਾ ਪਿਆਰਾ ਬਹੁਤਾ ਬੱਬਾ ਹਾਹੇ ਨੂੰ ਔਕੜ ਤੱਤੇ ਕੰਨਾ ਅੱਗੇ ਹੈ ਜੀ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰਾਂ ਵਾਲੇ ਪ੍ਰਸ਼ਨ 26ਵਾਂ ਪ੍ਰਸ਼ਨ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਪਿਤਾ ਦਾ ਕੀ ਨਾਂ ਸੀ ਆਰਾਮ ਜੀ ਮਦਨ ਲਾਲ ਭੀਮਾ ਬਾਈ ਉਪਰੋਕਤ ਚੋਂ ਕੋਈ ਨਹੀਂ ਪਹਿਲੀ ਆਪਸ਼ਨ ਸਹੀ ਹੈ ਜੀ ਆਰਾਮ ਜੀ 27ਵਾਂ ਪ੍ਰਸ਼ਨ ਬਿਸਕਹੀ ਦਾ ਮੇਲਾ ਕਿਹੜੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਸੌਣੀ ਦੀ ਹਾੜੀ ਦੀ ਮੱਕੀ ਦੀ ਦਾਲ ਦੀ ਹਾਂਜੀ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਦੂਸਰੀ ਆਪਸ਼ਨ ਸਹੀ ਹੈ 28ਵਾਂ ਪ੍ਰਸ਼ਨ ਜਲ ਪ੍ਰਦੂਸ਼ਣ ਨਾਲ ਕੀ ਖਰਾਬ ਹੋ ਰਿਹਾ ਹੈ ਹਵਾ ਮਿੱਟੀ ਪਾਣੀ ਉਪਰੋਕਤ ਸਾਰੇ ਜਲ ਪਾਣੀ ਤਾਂ ਜੇ ਅਸੀਂ ਇਸ ਸਵਾਲ ਨੂੰ ਦੇਖਾਂਗੇ ਤਾਂ ਇੱਥੇ ਜਿਹੜਾ ਇਹਦਾ ਉੱਤਰ ਹੈ ਉਹ ਤੀਸਰੀ ਆਪਸ਼ਨ ਸਹੀ ਹੈ ਪਾਣੀ ਜੇ ਅਸੀਂ ਪੇਪਰ ਦੇ ਹਿਸਾਬ ਨਾਲ ਦੇਖਾਂਗੇ ਸਾਡੀ ਵਿਆਕਰਨ ਦੇ ਹਿਸਾਬ ਦੇ ਨਾਲ ਦੇਖਾਂਗੇ ਕਿਉਂਕਿ ਉਸ ਦੇ ਵਿੱਚ ਲੇਖ ਦੇ ਵਿੱਚ ਜਿਹੜੇ ਅਲੱਗ-ਅਲੱਗ ਪੁਆਇੰਟ ਜਾਂ ਪਹਿਰੇ ਸਾਨੂੰ ਬਣਾ ਕੇ ਦਿੱਤੇ ਗਏ ਨੇ ਹਵਾ ਪ੍ਰਦੂਸ਼ਣ ਨਾਲ ਲੱਗ ਹੈ ਮਿੱਟੀ ਪ੍ਰਦੂਸ਼ਣ ਨਾਲ ਲੱਗ ਹੈ ਵੈਸੇ ਜੇ ਪਾਣੀ ਖਰਾਬ ਹੋ ਰਿਹਾ ਹੈ ਤਾਂ ਉਹਦੇ ਨਾਲ ਸਾਡੀ ਮਿੱਟੀ ਤੇ ਹਵਾ ਦੇ ਉੱਤੇ ਵੀ ਅਸਰ ਪਵੇਗਾ ਪਰ ਇੱਥੇ ਜਿਹੜਾ ਸਵਾਲ ਦਾ ਸਹੀ ਉੱਤਰ ਹੈ ਉਹ ਤੀਸਰੀ ਆਪਸ਼ਨ ਹੈ ਜਲ ਪ੍ਰਦੂਸ਼ਣ ਭਾਵ ਪਾਣੀ ਦਾ ਪ੍ਰਦੂਸ਼ਣ ਪਾਣੀ ਖਰਾਬ ਹੋ ਰਿਹਾ ਹੈ ਜਲ ਪ੍ਰਦੂਸ਼ਣ ਦੇ ਨਾਲ 29ਵਾਂ ਪ੍ਰਸ਼ਨ ਮਨੁੱਖੀ ਸਮਾਜ ਵਿੱਚ ਕਿਸ ਦੀ ਭਾਰੀ ਮਹਾਨਤਾ ਹੈ ਮਿਲਵਰਤਨ ਦੀ ਸਾਂਝ ਦੀ ਭਾਗੀਦਾਰੀ ਦੀ ਉਪਰੋਕਤ ਸਾਰੇ ਏ ਚੌਥੀ ਆਪਸ਼ਨ ਸਹੀ ਹੈ ਜੀ ਉਪਰੋਕਤ ਸਾਰੇ ਤੀਵਾਂ ਪ੍ਰਸ਼ਨ ਸਾਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਕਿੰਨੀ ਦਿਲਚਸਪੀ ਲੈਣੀ ਚਾਹੀਦੀ ਹੈ ਥੋੜੀ ਬਹੁਤ ਬਰਾਬਰ ਉਪਰੋਕਤ ਵਿੱਚੋਂ ਕੋਈ ਨਹੀਂ ਬਰਾਬਰ ਖੇਡਾਂ ਤੇ ਪੜ੍ਹਾਈ ਦੇ ਵਿੱਚ ਬਰਾਬਰ ਦਿਲਚਸਪੀ ਲੈਣੀ ਚਾਹੀਦੀ ਹੈ ਇਸ ਤੋਂ ਬਾਅਦ ਤੁਸੀਂ ਆਪਣਾ ਪੇਪਰ ਸਬਮਿਟ ਕਰ ਦੇਣਾ ਹੁੰਦਾ ਹੈ ਤਾਂ ਇਹ ਸੀ ਪੰਜਾਬੀ ਬੀ ਪੇਪਰ ਨੌਵੀਂ ਜਮਾਤ ਦਾ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦੱਸ ਦਿੱਤੇ ਗਏ ਨੇ ਤੁਸੀਂ ਆਪਣੇ ਪੇਪਰ ਦੇ ਜਿਹੜੇ ਹੱਲ ਕੀਤੇ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਮਿਲਾ ਕੇ ਆਪਣੇ ਪੇਪਰ ਦੇ ਨੰਬਰਾਂ ਦੇ ਬਾਰੇ ਜਾਣ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ